ਦੱਸ ਕਿਆ ਜੇ ਬਾਈ ਕਿਹਾ ਹੁੰਦਾ ਤੇ ਬੰਦਾ ਮੂੰਹ ਮੰਨਣਾ ਹੀ ਚਾਹੀਦਾ। ਜੇ ਲਾਈਵ ਚ ਬੰਦਾ ਕਹਿੰਦਾ ਸਿੱਧਾ ਮੂੰਹ ਮੰਨੇ ਕਿਉਂਕਿ ਮੈਂ ਤਾਂ ਕਾਲ ਤੇ ਗੱਲ ਕੀਤੀ ਨਾ। ਨਹੀਂ ਉਹਨੇ ਨਹੀਂ ਕਿਹਾ ਕਹਿੰਦਾ। ਜੇ ਕਿਹਾ ਹੁੰਦਾ ਤਾਂ ਫਿਰ ਗੱਲ ਵੱਖਰੀ ਸੀ ਹਨਾ। ਵੀ ਫੀਲਿੰਗ ਆ ਜਾਂਦੀ ਹਰੇਕ। ਚੰਗਾ ਨੀ ਲੱਗਦਾ ਕਿ ਲਾਈਵ ਹੋ ਗਏ ਬਸ ਦੱਸ ਦੱਸ ਕੇ ਕਰੀਏ ਹਨਾ। ਕਿਉਂਕਿ ਕਦੀ ਇੱਕ ਪੋਸਟ ਵੀ ਹੈ ਕਿਸੇ ਦੀ ਕਿ ਲਾਈਵ ਹੋ ਕੇ ਭੌਂਕਣ ਜੋਗੇ ਤਾਂ ਕੁਛ ਕਿਹਾ ਹੀ ਹੈ। ਚਲੋ ਲਾਈਵ ਹੋ ਗਏ ਨੀ ਕਹਿੰਦਾ ਕਈ ਲੋਕ ਲਾਈਵ ਹੋ ਗਏ ਕਿਸੇ ਨੇ ਪੋਸਟ ਪਾਈ ਸੀ ਲਾਈਵ ਹੋ ਗਏ ਤਾਂ ਕਹਿਣ ਜੋਗਿਆ। ਲਾਈਵ ਹੋ ਗਏ ਨੀ ਬੰਦਾ ਬਹੁਤ ਕੁਛ ਕਹਿਣ ਜੋਗਾ ਆ। ਉਦਾਂ ਨਿਆਣੇ ਨਿੱਕੇ ਵਾਲੇ ਹੋਏ ਆ ਤਾਂ ਮਾੜਾ ਮੋਟਾ ਛੱਡ ਤਾ ਪਰ ਨਹੀਂ ਪ੍ਰਾਪਤ ਆਪਣਾ ਭਰਾ ਆ ਤੇ ਕੋਈ ਚੱਕਰ ਨੀ ਆ। ਤੁਹਾਨੂੰ ਮੇਰੀ ਗੱਲ ਨਹੀਂ ਸਮਝ ਆਉਣੀ ਕਿਉਂਕਿ ਮੈਂ ਤੁਹਾਨੂੰ ਡਿਟੇਲ ਨਾਲ ਨਹੀਂ ਦੱਸੀ। ਇਹਦੇ ਲਈ ਮੈਂ ਸੋਰੀ ਖਿਮਾ ਤਾਂ ਜਾ ਚੁੱਕਿਆ ਪਰ ਬਣੇ ਰਹੋ ਤੇ ਜੇ ਕੋਈ ਆਪਾਂ ਨੂੰ ਗਾਲ ਕੱਢੂਗਾ ਦੀ ਭੈਣ ਦੀ ਲੈਣ ਪਰ ਆਪਾਂ ਨੂੰ ਕਿਸੇ ਨੇ ਕੱਢੀ ਨੀ ਤੇ ਭਰਾ ਪਿਆਰ ਏਦਾਂ ਹੀ ਰਹੂਗਾ। ਲਵ ਯੂ ਕਿਉਂਕਿ ਉਹ ਵੀ ਆਪਣਾ ਭਰਾ ਹੀ ਸੀਗਾ ਤੇ ਕਿਉਂਕਿ ਉਹਨੇ ਗਾਲ ਨਹੀਂ ਕੱਢੀ ਇਸ ਲਈ ਯਾਰ ਮੁੱਦਾ ਖਤਮ। ਮੁੱਦਾ ਕਾਹਦਾ ਯਾਰ ਉਹ ਤਾਂ ਗੱਲ ਭਖਣੀ ਸੀ ਨਾ। ਜੇ ਗੱਡੀ ਹੁੰਦੀ ਫਿਰ ਤਾਂ ਗੱਲ ਹੋਰ ਹੁੰਦੀ ਪਰ ਨਹੀਂ ਟੋਰਾਂਟੋ ਗਏ ਸੀ। ਨਹੀਂ ਵੀਰੇ ਟੋਰਾਂਟੋ ਨਹੀਂ ਗਿਆ ਤੇ ਸਹੀ ਆ ਵੀਰੇ ਚੜ੍ਹਦੀ ਕਲਾ ਆ ਜੀ। ਪਿਛਲੇ ਲਾਈਵ ਵਿੱਚ ਵਧੀਆ ਵੀਰੇ ਵਧੀਆ ਹਰਪਾਲ ਸਿੱਧੂ ਜੀ ਸਮਝ ਗਏ ਠੀਕ ਹੈ ਵੀਰੇ ਜਿਹੜੇ ਸਮਝ ਗਏ। ਚਲੋ ਠੀਕ ਹੈ ਜੀ ਜਿੰਨੇ ਵੀ 2200 ਬੰਦਾ ਦੇਖਦਾ 2800 ਬੰਦਾ ਦੇਖਦਾ ਸਾਰਿਆਂ ਨੂੰ ਸਿਰ ਨਾਲ ਦਿਲੋਂ ਪਿਆਰ ਆ ਯਾਰ ਤੇ ਭਾਈ ਆਪਣਾ ਸੌਂਗ ਆ ਰਿਹਾ ਤੁਹਾਡੀ ਸਪੋਰਟ ਚਾਹੀਦੀ। ਠੀਕ ਹੈ ਵੀਰੇ ਆ ਜਾਓ ਘਰੇ ਆ ਜਾਓ ਮੈਂ ਸਟੋਰੀ ਪਾ ਦੂੰਗਾ ਜੋ